याद करदा मैं साबी लैंदा ता तेनू याद करदा धन्नवाद तेरा धन्नवाद धन्नवाद तेरा धन्नवाद बोलो मिलके धन्नवाद तेरा धन्नवाद धन्नवाद तेरा धन्नवाद किन्नियां ऊंचाइयां उते मैनू तू पहुंचाया है किन्नियां ऊंचाइयां उते मैनू तू पहुंचाया है कदे मेरे पापा दा हिसाब भी ना लाया है कदे मेरे पापा दा हिसाब भी ना लाया है धन्यवाद तेरा धन्यवाद धन्यवाद बोलो धन्यवाद तेरा धन्यवाद धन्यवाद तेरा धन्यवाद धन्यवाद तेरा धन्यवाद धन्यवाद तेरा धन्यवाद मारू थला विचो मैनू ले आया कड के 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 जिथे मेरे अपने भी तोरे गे सी छड के जिथे मेरे अपने भी तोरे गे सी छड के जिथे मेरे अपने भी तोरे गे सी छड के धन्यवाद तेरा धन्यवाद धन्यवाद तेरा धन्यवाद बोलो जी धन्यवाद चांदी नाच दिता तू बदल काली रात नू 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 कदे ना भुलावे बंदा अपनी औकात नू कदे ना भुलावे बंदा अपनी औकात नू कदे ना भुलावे बंदा और उस ऊंचाई के ऊपर जाके क्रॉस लग्या होया सी दुनिया का सब तो हाईएस्ट जो धार्मिक साइन है ज निशान है वह प्रभु यीशु मसीह है जिहड़ा सैकड़ों जिहड़ा अपने हजार फुट बहुत उच्चा है तो अज मेरे लिए और आप लिए बड़ी गुड न्यूज का समा है बड़ी खुशी का समा है कि जीजस क्राइस्ट न्यू लाइफ चर्च जाजा ने यह पहल की है कि पंजाब के अंदर एक हाईएस्ट क्रॉस जिहड़ा बनाया जाए तो मैं बिलीव करता है कि परमेश्वर बहुत वड्डे ते अद्भुत काम करेगा तो प्रभु आप सब दे जीवन में अपनी महिमा नू दिखाएगा अपनी कृपा नू दिखाएगा तुसी ब्लेस होवोगे तुसी जदों अपने घरां चों नू देखोगे रात नू जागदा होया तुहाडे उपर प्रभु की ग्रेस आएगी उहदा अनॉइंटमेंट टच करेगा तुहानू महसूस होवेगा कि मेरे घर च प्रभु की अनॉइंटिंग की फीलिंग आ रही है हालेलुया सो प्रभु तुहानू बहुत ब्लेस करे आइए मिलके असी प्रार्थना करें और उस तो बाद असी प्रभु दे पवित्र इस क्रॉस नू उदा ले डाउन करिए कोई टाइम हो रहा लेबर ने काम भी करना फिर बाद विच और असी प्रभु जी दे नाम दी महिमा और वडाई करिए ए अनॉइंटिंग ऑयल है जो काफ़ी दिन की प्रार्थना है और उस प्रार्थना दे नाल भरिया होया इस अभिषेक ऑयल में असी खुदावन दे बनाए गए इस वड्डे पवन दी उस क्रॉस दे फाउंडेशन दे उपर डाल रहे हैं और बिलीव करदा है कि प्रभु सब नू बरकत देवेगा स्वर्गीय पिता ये तुहाडा अनॉइंटिंग है असी पिता इस क्रॉस दी बेस विच प्रभु तुहाडे अनॉइंटिंग ऑयल नू डाल रहे हैं
ਇਹ ਉਹ ਆਇਲ ਹੈ ਜਿਹਦੀ ਜਕੜਨ ਬੜੀ ਮਜ਼ਬੂਤ ਆ ਜਿਹਦਾ ਜੋਰ ਬੜਾ ਮਜ਼ਬੂਤ ਹੈ ਜਿਸ ਦੇ ਹੈਡ ਤੇ ਆਂਦਾ ਆ ਉਹ ਬੰਦਾ ਸੇਮ ਜਿਹੜਾ ਜਿਹਦੇ ਉੱਪਰ ਲੱਗ ਜਾਂਦਾ ਆ ਉਹ ਭਿਖਾਰੀਆਂ ਤੋਂ ਰਾਜਾ ਬਣ ਜਾਂਦੇ ਆ ਚਰਵਾਹਿਆਂ ਤੋਂ ਰਾਜੇ ਬਣ ਜਾਂਦੇ ਆ ਪ੍ਰਭੂ ਉਹ ਗਦੀਆਂ ਲੱਭਦੇ ਆ ਪਰ ਤੂੰ ਢੂੰਡ ਲੈਣਾ ਤੇ ਚਰਵਾਹੇ ਬਣਾਉਣਾ ਪ੍ਰਭੂ ਜੀ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਆ ਇਸ ਆਇਲ ਦੁਆਰਾ ਇਸ ਨੀਂਹ ਦੀ ਬੜੀ ਮਜ਼ਬੂਤੀ ਹੋਣ ਵਾਲੀ ਹੈ ਪ੍ਰਭੂ ਨੀਂਹ ਤੋਂ ਲੈ ਕੇ ਕ੍ਰੋਸ ਦੀ ਹਾਈਟ ਜੋ ਸਿਰੇ ਤੱਕ ਜੋ ਹੈ ਪ੍ਰਭੂ ਬੜੀ ਬਲੈਸਿੰਗ ਆਉਣ ਵਾਲੀ ਹੈ ਪ੍ਰਭੂ ਜਿਵੇਂ ਤੇਰੇ ਕਲਾਮ 'ਚ ਲਿਖਿਆ ਗਿਆ ਹੈ ਕਿ ਤੇਰਾ ਵਚਨ ਕਹਿੰਦਾ ਹੈ ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਰੱਦ ਕੀਤਾ ਸੀਗਾ ਉਹੀ ਖੂੰਜੇ ਦਾ ਸਿਰਾ ਠਹਿਰਿਆ ਪਿਤਾ ਜੀ ਇਹ ਆਇਲ ਪ੍ਰਭੂ ਅੱਜ ਇਸ ਚਰਚ ਨੂੰ ਤੇਰੇ ਦਾਸ ਨੂੰ ਇੱਥੋਂ ਦੀ ਕਲੀਸਿਆ ਨੂੰ ਬੇਸ਼ੱਕ ਬਹੁਤ ਰੱਦ ਕੀਤਾ ਹੋਵੇਗਾ ਬਹੁਤਿਆਂ ਨੇ ਇਹਦੇ ਵਿਰੁੱਧ ਗੱਲਾਂ ਕੀਤੀਆਂ ਹੋਣਗੀਆਂ ਬਹੁਤ ਕੁਛ ਪ੍ਰੋਪੋਗੰਡੇ ਕੀਤੇ ਹੋਣਗੇ ਲੇਕਿਨ ਪਿਤਾ ਮੈਂ ਵਿਸ਼ਵਾਸ ਕਰਦਾ ਹਾਂ ਮੈਂ ਬਲੀਵ ਕਰਦਾ ਹਾਂ ਮੈਂ ਤੇਰੇ ਨਾਮ ਨੂੰ ਮਹਿਮਾ ਅਤੇ ਗੌਰਵ ਦਿੰਦਾ ਹਾਂ ਤੇ ਮੇਰੇ ਪਰਮੇਸ਼ਰ ਪਿਤਾ ਅੱਜ ਦਾ ਦਿਨ ਪ੍ਰਭੂ ਜੋ ਇੱਥੇ ਬਣਨ ਜਾ ਰਿਹਾ ਕ੍ਰੋਸ ਪ੍ਰਭੂ ਅਲਰੇਡੀ ਇਹਦਾ ਲੇਡ ਆਊਟ ਹੋਣ ਜਾ ਰਿਹਾ ਪ੍ਰਭੂ ਜੀ ਖੁਦਾਵੰਦ ਇਸ ਫਾਊਂਡੇਸ਼ਨ ਡੇ ਦੇ ਉੱਪਰ ਪਿਤਾ ਜੀ ਇਸ ਪੱਥਰ ਦੇ ਉੱਪਰ ਤੇਰੀ ਵੱਡੀ ਕਲੀਸਿਆ ਦੀ ਸਥਾਪਨਾ ਹੋਣ ਜਾ ਰਹੀ ਹੈ ਔਰ ਪ੍ਰਭੂ ਯਿਸੂ ਇਸ ਪ੍ਰਭੂ ਜੀ ਲੇਟ ਪ੍ਰਭੂ ਖੁਦਾਵੰਦ ਫਾਊਂਡੇਸ਼ਨ ਡੇ ਦੇ ਉੱਪਰ ਪਿਤਾ ਜੀ ਇਸ ਪੱਥਰ ਦੇ ਉੱਪਰ ਪਿਤਾ ਇਸ ਕਲੀਸਿਆ ਦੇ ਉੱਪਰ ਅਦੋ ਲੋਕ ਦੇ ਫਾਟਕ ਕਦੇ ਪ੍ਰਬਲ ਨਹੀਂ ਹੋਣਗੇ ਪਿਤਾ ਇੱਥੇ ਬਿਮਾਰੀਆਂ ਦੀ ਸ਼ਿਫਾ ਹੋਵੇਗੀ ਉਹ ਭੂਤਾਂ ਨੂੰ ਚੰਗਾ ਛੁਟਕਾਰਾ ਹੋਵੇਗਾ ਇੱਥੇ ਲੰਗੜੇ ਚੱਲਦੇ ਆ ਅੰਧੇ ਦੇਖਦੇ ਆ ਬਹਿਰੇ ਸੁਣਦੇ ਆ ਗੂੰਗੇ ਬੋਲਦੇ ਆ ਕੈਂਸਰ ਫੜਦੇ ਆ ਗਾਇਬ ਹੁੰਦੇ ਆ ਪ੍ਰਭੂ ਪੱਥਰੀਆਂ ਰਸੋਲੀਆਂ ਗਾਇਬ ਹੁੰਦੀਆਂ ਆ ਪ੍ਰਭੂ ਬੇ ਔਲਾਦ ਕੁੱਖਾਂ ਖੁੱਲ ਜਾਂਦੀਆਂ ਆ ਪ੍ਰਭੂ ਵੱਡੇ ਬਿਜ਼ਨਸ ਓਪਨ ਹੋ ਜਾਂਦੇ ਆ ਪ੍ਰਭੂ ਜੋਬ ਖੁੱਲ ਜਾਂਦੇ ਆ ਵਿਦੇਸ਼ ਰਸਤੇ ਖੁੱਲ ਜਾਂਦੇ ਆ ਪ੍ਰਭੂ ਇਸ ਜਗ੍ਹਾ ਦੇ ਉੱਪਰ ਤੇਰੀ ਖਾਸ ਇੱਕ ਗ੍ਰੇਸ ਨੂੰ ਅਸੀਂ ਦੇਖ ਰਹੇ ਹਾਂ ਇੱਕ ਵੱਡੀ ਕਿਰਪਾ ਅਸੀਂ ਦੇਖ ਰਹੇ ਹਾਂ ਔਰ ਪ੍ਰਭੂ ਤੇਰਾ ਨਾਮ ਇੱਥੇ ਮੁਬਾਰਕ ਹੋਣ ਜਾ ਰਿਹਾ ਹੈ ਮੇਰੇ ਸਵਾਮੀ ਮੈਂ ਤੇਰਾ ਦਾਸ ਤੇ ਦਾਸੀ ਪਿਤਾ ਇੱਕ ਮਨ ਹੋ ਕੇ ਪ੍ਰਭੂ ਪੂਰੀ ਕਲੀਸਿਆ ਇੱਕ ਮਨ ਹੋ ਕੇ ਅਸੀਂ ਪਿਤਾ ਔਰ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਪ੍ਰਭੂ ਇਸ ਨੀਂਹ ਨੂੰ ਅਭਿਸ਼ੇਕ ਕਰਦੇ ਹਾਂ ਅਨੋਇੰਟ ਕਰਦੇ ਹਾਂ ਪ੍ਰਭੂ ਤਾਂ ਕਿ ਇਹਦਾ ਕ੍ਰੋਸ ਦਾ ਜੋ ਬੇਸ ਹੈ ਬੜਾ ਮਜ਼ਬੂਤ ਬੜਾ ਸਟਰੋਂਗ ਹੋਵੇ ਪ੍ਰਭੂ ਤੇਰੇ ਨਾਂ ਚ ਅੱਗੇ ਵਧਦੇ ਪ੍ਰਭੂ ਦਾ ਧੰਨਵਾਦ ਕਰੀਏ ਬਲੈਸ ਕਰੋ ਅਤੇ ਹੀਲ ਕਰੋ ਪ੍ਰਭੂ ਯਿਸੂ ਦਾ ਜਿੰਦਾ ਤੇ ਸਮਰਥੀ ਨਾਮ ਲੈ ਕੇ ਮੰਗਦੇ ਹਾਂ ਆਮੀਨ ਲੋ ਜੀ ਹਾਲੇਲੂਇਆ ਹੱਥ ਕੋ ਕੱਕਾ ਤੂੰ ਪੱਥਰ ਗਲਤ ਹੱਥ ਵਿੱਚ ਹੋਇਆ ਸੈਂਟਰ ਵਿੱਚ ਨਾਲੇ ਥੋੜ੍ਹਾ ਹੈ ਥੋੜ੍ਹਾ ਬਾਟਾ ਦੋ ਤਿੰਨ ਬਾਟੇ ਬਣਾਓ ਕ੍ਰੋਸ ਬਣਾਓ ਵਿੱਚ ਇਹਦੇ आज का दिन यहोवा ने बनाया है हमें उसने आनंदितो आज का दिन यहोवा ने बनाया है हमें उसमें आनंदितो आनंदितो आज का दिन यहोवा ने बनाया है हमें उसमें आनंदितो आनंदितो प्रभु को महिमा मिले चाहे हो मेरा अपमान प्रभु को महिमा मिले चाहे हो मेरा अपमान वो बड़े मैं घटूं रहे उसी का ध्यान वो बड़े मैं घटूं रहे उसी का ध्यान हालेलुया आज का दिन यहोवा ने बनाया है हमें उसमें आनंद हो आनंद हो आज का दिन यहोवा ने बनाया है हमें उसमें आनंद दो आनंद दो स्तुति प्रशंसा करे क्यों ना कुछ होता रहे स्तुति प्रशंसा करे क्यों ना कुछ होता रहे उसको हम पाते रहे चाहे जहां भी रहे उसको हम पाते
यहोवा ने बनाया है, हमें उसमें आनंद हो, आनंद हो। आज का दिन यहोवा ने बनाया है, हमें उसमें आनंदित हो, आनंदित हो, आनंदित हो, आनंदित हो, आनंदित हो। आता हूँ तेरे पास, तुझको है तुझसे आस। आता हूँ तेरे पास, मुझको है तुझसे आस। ओ आता हूँ तेरे पास, मुझको है तुझसे है तुझसे आस। आता हूँ तेरे पास, मुझको है तुझसे आस। ओ मुझको कबूल कर ले, पापों से शुद्ध कर ले, आज का दिन यहोवा ने बनाया है, हमें उसमें आनंदित हो, आनंदित हो। आज का दिन यहोवा ने बनाया है, हमें उसमें आनंदित हो, आनंदित हो, आनंदित हो, आनंदित हो, आनंदित हो। ਅਸੀਂ ਪਾ ਕੇ ਸੀਮਟ ਨੂੰ ਤਿਆਰ ਕਰਾਂਗੇ ਕ੍ਰੋਸ ਦਾ ਨਿਸ਼ਾਨ ਔਰ ਉਸ ਤੋਂ ਬਾਅਦ ਜਿਹੜੇ ਮਿਸਤਰੀ ਸਾਹਿਬਾਨ ਅਤੇ ਫਿਰ ਉਸ ਤੋਂ ਬਾਅਦ ਮਿਸਤਰੀ ਸਾਹਿਬਾਨ ਥੱਲੇ ਆ ਜਾਣਗੇ ਆਪਣਾ ਕੰਮ ਕਰਨਗੇ ਬਈ ਮਿਠਾਈ ਆ ਗਈ ਕੋਲ ਹਾਂਜੀ ਚਲੋ ਥੋੜ੍ਹਾ ਵਜੇ ਪੇਗਾ धन्यवाद करा हर साल करा मेरे प्यारे यीशु मैं बार बार करा तेरा धन्यवाद करा हर साल करा मेरे प्यारे यीशु मैं बार बार करा धन्यवाद धन्यवाद करा हर सवाल करा मेरे प्यारे यीशु मैं बारंबार करा तेरा धन्यवाद करा हर सवाल करा